ਜ਼ਿਲ੍ਹਾ ਮੋਗਾ ਦਾ ਪਿੰਡ ਰਣਸੀ ਕਲਾਂ ਸੂਬੇ ਦੇ ਹੋਰਨਾਂ ਪਿੰਡਾਂ ਲਈ ਅਨੋਖੀ ਮਿਸਾਲ ਬਣ ਗਿਆ ਹੈ। ਦਰਅਸਲ ਇਸ ਪਿੰਡ ਦੇ ਨੌਜਵਾਨ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਆਪਣੀ ਨਵੇਕਲੀ ਸੋਚ ਅਤੇ ਚੰਗੀ ਸੂਝਬੂਝ ਨਾਲ ਪਿੰਡ ਦੀ ਨੁਹਾਰੀ ਬਦਲ ਦਿੱਤੀ ਅਤੇ ਅੱਜ ਇਹ ਪਿੰਡ ਸਵਰਗ ਨੂੰ ਵੀ ਮਾਤ ਪਾਉਂਦਾ ਹੈ। ਪਿੰਡ ਦੇ ਨੌਜਵਾਨ ਸਰਪੰਚ ਦੀ ਸਖਤ ਮਿਹਨਤ ਅਤੇ ਲਗਨ ਦੇ ਚੱਲਦਿਆਂ ਅੱਜ ਇਹ ਪਿੰਡ ਸ਼ਹਿਰਾਂ ਦੇ ਬਰਾਬਰ ਖੜ੍ਹਾ ਹੈ ਅਤੇ ਪਿੰਡ ਦੇ ਲੋਕਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਰਪੰਚ ਮਿੰਟੂ ਨੇ ਕਿਹਾ ਕਿ ਅੱਜ ਚਾਰੇ ਪਾਸੇ ਮੇਰੀ ਨਹੀਂ ਬਲਕਿ ਮੇਰੇ ਕੰਮ ਦੀ ਗੱਲ ਹੋ ਰਹੀ ਹੈ। ਸਾਡੇ ਲੋਕ ਚੰਮ ਦਾ ਨਹੀਂ ਕੰਮ ਦਾ ਮੁੱਲ ਪਾਉਂਦੇ ਹਨ। ਲੋਕ ਮੇਰੇ ਕੰਮਾਂ ਨੂੰ ਵੇਖ ਕੇ ਅੱਜ ਹੀ ਕਹਿ ਰਹੇ ਹਨ ਕਿ ਸਾਡੇ ਪਿੰਡ ਦਾ ਸਰਪੰਚ ਵੀ ਮਿੰਟੂ ਵਰਗਾ ਹੋਵੇ। ਜੇ ਅੱਜ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਪੰਜਾਬ ਨੂੰ ਤਰੱਕੀ ਦੇ ਰਾਹ 'ਚੋਂ ਲੈ ਕੇ ਜਾਣਾ ਪਵੇਗਾ। ਮਿੰਟੂ ਨੇ ਕਿਹਾ ਕਿ ਮੇਰਾ ਜੀਵਨ ਉਹਨਾਂ ਲੋਕਾਂ ਦੀਆਂ ਜੀਵਨੀਆਂ ਪੜ੍ਹ ਕੇ ਬਦਲਿਆ ਜਿਨ੍ਹਾਂ ਨੇ ਇਨਕਲਾਬ ਲਿਆਂਦਾ। ਮੈਨੂੰ ਇਹਨਾਂ ਦੀਆਂ ਜੀਵਨੀਆਂ ਪੜ੍ਹ ਕੇ ਮਹਿਸੂਸ ਹੋਇਆ ਅਸੀਂ ਇੱਥੇ ਐਸ਼ ਕਰਨ ਨਹੀਂ ਸਗੋਂ ਲੋਕਾਂ ਲਈ ਕੁਝ ਕਰਨ ਆਏ ਹਾਂ। ਸਰਪੰਚ ਮਿੰਟੂ ਨੇ ਦੱਸਿਆ ਕਿ ਮੇਰਾ ਜੀਵਨ ਕਿਤਾਬਾਂ ਤੋਂ ਬਦਲਿਆ, ਇਸ ਲਈ ਮੈਂ ਪਿੰਡ 'ਚੋਂ ਲਾਇਬ੍ਰੇਰੀ ਬਣਾਉਣ ਦਾ ਸੋਚਿਆ। ਮੈਨੂੰ ਲੱਗਾ ਕਿ ਲੋਕਾਂ ਨੂੰ ਵੀ ਕਿਤਾਬਾਂ ਤੋਂ ਜਾਣਕਾਰੀ ਮਿਲੇਗੀ। ਉਹਨਾਂ ਕਿਹਾ ਕਿ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਪੜ੍ਹਦਾ ਤਾਂ ਪਤਾ ਲੱਗਦਾ ਕਿਵੇਂ ਉਹਨਾਂ ਨੇ ਛੋਟੀ ਉਮਰ 'ਚੋਂ ਖਾਲਸਾ ਰਾਜ ਸਿਰਜ ਦਿੱਤਾ। ਅਸੀਂ ਪਿੰਡ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਕਿ ਕਿਤਾਬਾਂ ਪੜ੍ਹਨ ਆਓ ਅਤੇ ਪੈਸੇ ਕਮਾਓ। ਅਸੀਂ ਆਪਣੇ ਪਾਠਕਾਂ ਨੂੰ ਪੈਸੇ ਦਿੰਦੇ ਹਾਂ। ਇਹਨਾਂ ਪਾਠਕਾਂ ਦਾ ਮਾਰਚ ਮਹੀਨੇ ਅਹਿਮ ਧਿਆਨ ਹੋਵੇਗਾ। ਜੋ ਇਹਨਾਂ ਨੇ ਕਿਤਾਬਾਂ ਪੜ੍ਹੀਆਂ ਉਸ ਵਿੱਚੋਂ ਇਹਨਾਂ ਤੋਂ ਸਵਾਲ ਪੁੱਛੇ ਜਾਣਗੇ ਅਤੇ ਇਨਾਮ ਵਜੋਂ ਪੈਸੇ ਦਿੱਤੇ ਜਾਣਗੇ। ਮਿੰਟੂ ਨੇ ਕਿਹਾ ਕਿ ਇਹ ਦੇਸ਼ ਦੀ ਪਹਿਲੀ ਲਾਇਬ੍ਰੇਰੀ ਹੋਵੇਗੀ ਜਿੱਥੇ ਕਿਤਾਬਾਂ ਪੜ੍ਹਨ ਦੇ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਹਨ, ਨਹੀਂ ਤਾਂ ਲੋਕਾਂ ਤੋਂ ਕਿਤਾਬਾਂ ਪੜ੍ਹਨ ਦੇ ਪੈਸੇ ਲਏ ਜਾਂਦੇ ਹਨ। ਸਾਡੇ ਕੀਤੇ ਕੰਮਾਂ ਨਾਲ ਸਾਨੂੰ ਕਈ ਇਨਾਮ ਵੀ ਮਿਲੇ ਹਨ। ਮੇਰੇ ਪਿੰਡ ਦੇ ਲੋਕਾਂ ਅਤੇ ਪਿੰਡ ਦੀ ਪੰਚਾਇਤ ਨੇ ਮੇਰਾ ਪੂਰਾ ਸਾਥ ਦਿੱਤਾ। ਉਹਨਾਂ ਦੇ ਸਾਥ ਕਰਕੇ ਮੈਂ ਪਿੰਡ ਦੇ ਵਿਕਾਸ ਕਾਰਜ ਕੀਤੇ। ਲੋਕਾਂ ਨੇ ਪੈਸਿਆਂ ਪੱਖੋਂ ਵੀ ਸਾਥ ਦਿੱਤਾ, ਲੋਕਾਂ ਨੇ ਵਿਕਾਸ ਕਾਰਜਾਂ 'ਚੋਂ ਵੀ ਹੱਥ ਵਟਾਇਆ। ਰਸਈ ਕਲਾਂ ਦੇਸ਼ ਦਾ ਇਕੱਲਾ ਅਜਿਹਾ ਪਿੰਡ ਹੈ ਜਿੱਥੇ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਉਹਨਾਂ ਕਿਹਾ ਕਿ ਹਜੇ ਪਿੰਡ 'ਚੋਂ ਥੋੜ੍ਹੇ ਜਿਹੇ ਹੀ ਕੰਮ ਕੀਤੇ ਹਨ, ਹੋਰ ਕੰਮ ਕਰਨੇ ਤਾਂ ਬਾਕੀ ਹਨ। ਅਸੀਂ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਕੱਢੀ ਸੀ ਅਤੇ ਹੁਣ ਸਾਨੂੰ ਸਰਕਾਰ ਨੇ ਫੈਕਟਰੀ ਦਿੱਤੀ ਜਿਸ ਵਿੱਚ ਅਸੀਂ ਪਲਾਸਟਿਕ ਨੂੰ ਪਿੰਡ ਵਿੱਚ ਹੀ ਰੀਸਾਈਕਲ ਕਰਿਆ ਕਰਾਂਗੇ। ਇਸ ਨਾਲ ਸਾਡੇ ਪਿੰਡ ਦੀ ਆਮਦਨ ਵਧੇਗੀ। ਤੁਹਾਨੂੰ ਸਾਡੀ ਇਹ ਰਿਪੋਰਟ ਕਿਸ ਤਰ੍ਹਾਂ ਦੀ ਲੱਗੀ? ਵੀਡੀਓ ਨੂੰ ਲਾਈਕ ਕਰਿਓ ਅਤੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਧੰਨਵਾਦ।